ਹੀ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਭਗਤ ਕਬੀਰ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਬਾਵਨ ਅੱਖਰੀ ਦੀ ਅਸੀਂ ਵਿਚਾਰ ਕਰ ਰਹੇ ਹਾਂ, ਜਿਹਦੇ ਵਿੱਚ 27 ਪਦਿਆਂ ਤੱਕ ਦੀ ਵਿਚਾਰ ਆਪ ਜੀ ਸਰਵਣ ਕਰ ਚੁੱਕੇ ਹੋ। 28ਵੇਂ ਬੰਦ ਤੋਂ ਅੱਜ ਦੀ ਇਹ ਵਿਚਾਰ ਆਰੰਭ ਹੋਣ ਜਾ ਰਹੀ ਹੈ। 27ਵੇਂ ਬੰਦ ਦੇ ਵਿੱਚ ਭਗਤ ਜੀ ਨੇ ਪੱਪੇ ਅੱਖਰ ਦੇ ਰਾਹੀਂ ਸਾਨੂੰ ਉਪਦੇਸ਼ ਕੀਤਾ ਸੀ ਕਿ ਉਸ ਅਪਾਰ ਪ੍ਰਭੂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਹਾਂ, ਉਹਦੇ ਨਾਲ ਪ੍ਰੀਤ ਪਾਈ ਜਾ ਸਕਦੀ ਹੈ ਤੇ ਪ੍ਰੀਤ ਪਾਉਣ ਦਾ ਤਰੀਕਾ ਹੈ ਕਿ ਆਪਣੇ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕ ਲੈਣਾ ਤੇ ਜਿਹੜਾ ਵਿਕਾਰਾਂ ਵੱਲੋਂ ਰੋਕ ਲੈਂਦਾ ਹੈ ਉਹਦਾ ਪ੍ਰਭੂ ਨਾਲ ਪਰਚੋ, ਪ੍ਰਭੂ ਨਾਲ ਪਿਆਰ ਬਣ ਜਾਂਦਾ ਹੈ ਤੇ ਆਪਣੇ ਪਾਪ ਪੁੰਨ ਇਹਨਾਂ ਚੱਕਰਾਂ ਤੋਂ ਉਹ ਰਹਿਤ ਹੋ ਜਾਂਦਾ ਹੈ। ਇਸ ਤੋਂ ਅੱਗੇ ਫੱਫਾ ਅੱਖਰ ਜਿਹੜਾ ਹੈ, ਫੱਫੇ ਅੱਖਰ ਤੋਂ ਅੱਜ ਦੀ ਸ਼ੁਰੂਆਤ ਹੈ ਜੀ। ਫੱਫਾ ਬਿਨ ਫੁੱਲੇ ਫਲ ਹੋਈ, ਫੱਫੇ ਅੱਖਰ ਦੇ ਰਾਹੀਂ ਫੁੱਲੇ ਮੈਨੇ ਫੁੱਲਣ ਤੋਂ ਬਿਨਾਂ, ਫੁੱਲਣ ਤੋਂ ਬਿਨਾਂ ਮੈਨੇ ਹੰਕਾਰ ਤੋਂ ਬਿਨਾਂ, ਫਲ ਹੋਈ ਬਿਨ ਫੁੱਲੇ ਮੈਨੇ ਫੁੱਲਣ ਤੋਂ ਬਿਨਾਂ, ਭਾਵ ਹੰਕਾਰ ਨਹੀਂ ਕਰਨਾ, ਫੁੱਲਣਾ ਨਹੀਂ, ਆਪਣਾ ਮਾਣ ਛੱਡ ਦੇਣਾ। ਜਦੋਂ ਕੋਈ ਆਪਣਾ ਮਾਣ ਛੱਡ ਦਿੰਦਾ ਹੈ ਤਾਂ ਹੀ ਉਹਨੂੰ ਫਲ ਮਿਲ ਸਕਦਾ ਹੈ। ਫਲ ਹੋਈ ਤਾਂ ਹੀ ਫਲ ਮਿਲੇਗਾ, ਤਾਂ ਹੀ ਮਨੋਰਥ ਪੂਰਾ ਹੋਏਗਾ। ਹਰ ਮਨੁੱਖ ਚਾਹੁੰਦਾ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਸੁੱਖ ਮਿਲੇ, ਮੈਨੂੰ ਸ਼ਾਂਤੀ ਮਿਲੇ, ਆਨੰਦ ਮਿਲੇ। ਤਿੰਨ ਚੀਜ਼ਾਂ ਮਨੁੱਖ ਚਾਹੁੰਦਾ ਹੈ, ਸੁੱਖ ਚਾਹੁੰਦਾ ਹੈ, ਦੂਜਾ ਮਨੁੱਖ ਆਪਣੀ ਜ਼ਿੰਦਗੀ 'ਚ ਇੱਜ਼ਤ ਮਾਣ ਵੀ ਚਾਹੁੰਦਾ ਹੈ, ਤੀਜਾ ਚਾਹੁੰਦਾ ਹੈ ਕਿ ਮੈਂ ਵਿਕਾਰਾਂ ਤੋਂ ਮੁਕਤ ਹੋਵਾਂ ਜਾਂ ਮੈਨੂੰ ਮੁਕਤੀ ਮਿਲੇ। ਧਰਮ ਦੀ ਦੁਨੀਆਂ ਦੇ ਵਿੱਚ ਮਨੁੱਖ ਮੁਕਤੀ ਦੀ ਮੰਗ ਕਰਦਾ ਹੈ। ਹੁਣ ਜਿਹੜੇ ਫਲ ਨੇ ਉਹ ਤੇ ਦੁਨਿਆਵੀ ਰੁੱਖਾਂ ਨੂੰ ਲੱਗਦੇ ਨੇ। ਇੱਥੇ ਬਿਨ ਫੁੱਲੇ ਫਲ ਹੋਈ, ਇੱਥੇ ਫੁੱਲ ਦੁਨਿਆਵੀ ਰੁੱਖਾਂ ਵਾਲੇ ਫੁੱਲਾਂ ਦੀ ਗੱਲ ਨਹੀਂ ਕਿ ਪਹਿਲਾਂ ਦੁਨਿਆਵੀ ਤੌਰ ਤੇ ਕਿਸੇ ਰੁੱਖ ਨੂੰ ਫੁੱਲ ਲੱਗਣਗੇ, ਉਸ ਤੋਂ ਬਾਅਦ ਫੁੱਲ ਉਹ ਫਲ ਬਣ ਜਾਣਗੇ, ਔਰ ਕੋਈ ਵੀ ਜਿਹੜਾ ਫਲ ਹੈ ਉਹ ਫੁੱਲ ਤੋਂ ਬਿਨਾਂ ਤੇ ਬਣਦਾ ਨਹੀਂ ਹੈ। ਬਿਨ ਫੁੱਲੇ ਫਲ ਹੋਈ, ਇੱਥੇ ਫੁੱਲਾਂ ਦਾ ਭਾਵ ਫੁੱਲ ਨਹੀਂ ਹੈ, ਫੁੱਲਣਾ ਹੈ। ਬਿਨ ਫੁੱਲੇ ਭਾਵ ਫੁੱਲਣ ਤੋਂ ਬਿਨਾਂ, ਹੰਕਾਰ ਛੱਡ ਕੇ, ਆਪਣਾ ਮਾਨ ਤਿਆਗ ਕੇ, ਕਿ ਹੰਕਾਰ ਨਾ ਹੋਵੇ, ਧਨ ਦਾ ਹੰਕਾਰ ਛੱਡ ਦੇਵੇ, ਜ਼ਮੀਨ ਜਾਇਦਾਦ ਦਾ ਹੰਕਾਰ ਛੱਡ ਦੇਵੇ, ਮਾਇਆ ਦਾ ਅਹੰਕਾਰ ਛੱਡ ਦੇਵੇ, ਜਾਂ ਇਸ ਤੋਂ ਇਲਾਵਾ ਵਿੱਦਿਆ ਦਾ ਅਹੰਕਾਰ, ਖੂਬਸੂਰਤੀ ਦਾ ਅਹੰਕਾਰ, ਜਵਾਨੀ ਦਾ ਅਹੰਕਾਰ, ਕਈ ਤਰ੍ਹਾਂ ਦੇ ਅਹੰਕਾਰ ਹੁੰਦੇ ਨੇ, ਫੁੱਲਣਾ ਛੱਡ ਦੇਵੇ, ਕਿਸੇ ਵੀ ਕਿਸਮ ਦੇ ਮਾਣ ਨੂੰ ਤਿਆਗ ਦੇ। ਫਲ ਹੋਈ ਤਾਂ ਹੀ ਮਨੋਰਥ ਪੂਰਾ ਹੋਏਗਾ, ਮਨੋਰਥ ਦੀ ਸੂਝ ਮਿਲੇਗੀ, ਸੂਝ ਦਾ ਫਲ ਮਿਲ ਸਕਦਾ ਹੈ। ਤਾਂ ਹੀ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹੇ ਨਾ ਕੋਈ। ਜੇ ਕੋਈ ਰੱਬੀ ਹੁਕਮ ਨੂੰ ਬੁੱਝ ਲਵੇ ਉਹਦੀ ਜ਼ਿੰਦਗੀ 'ਚ ਫਿਰ ਹੋਮੈ ਰਹੇਗੀ ਨਹੀਂ, ਫਿਰ ਉਹ ਹੋਂ ਛੱਡ ਦੇਗਾ, ਉਹ ਫੁੱਲੇਗਾ ਨਹੀਂ। ਜਦੋਂ ਰੱਬੀ ਹੁਕਮ ਨੂੰ, ਮਾਲਕ ਦੇ ਨਿਯਮਾਂ ਨੂੰ ਉਹ ਬੁੱਝ ਲਏਗਾ, ਮਾਲਕ ਦੇ ਨਿਯਮਾਂ ਨੂੰ ਬੁੱਝ ਕੇ, ਫਿਰ ਉਹਦੀ ਜ਼ਿੰਦਗੀ 'ਚ ਹੋਮੈ ਨਹੀਂ ਰਹੇਗੀ, ਫਿਰ ਉਹ ਹੋਮੈ ਤੋਂ ਰਹਿਤ ਆਪਣੀ ਜ਼ਿੰਦਗੀ ਨੂੰ ਬਤੀਤ ਕਰੇਗਾ। ਬਿਨ ਫੁੱਲੇ ਫਲ ਹੋਈ, ਹੁਣ ਜਦੋਂ ਹੰਕਾਰ ਛੱਡ ਦੇਗਾ, ਹੰਕਾਰ ਛੱਡ ਕੇ ਹੀ ਉਹਨੂੰ ਫਲ ਮੈਨੇ ਉਹਦੀ ਜ਼ਿੰਦਗੀ ਦਾ ਮਨੋਰਥ ਉਹਨੂੰ ਪ੍ਰਾਪਤ ਹੋਏਗਾ। ਤਾਂ ਫਲ ਫੰਕ ਲਖੈ ਜੋ ਕੋਈ, ਫੰਕ ਫੰਕ ਦਾ ਅਰਥ ਹੁੰਦਾ ਫਾੜੀ, ਫਾੜੀ ਅਸੀਂ ਕਹਿ ਲਈਏ ਫੰਕ ਮੈਨੇ, ਮੰਨ ਲਓ ਜਿਵੇਂ ਕੋਈ ਸੰਤਰੇ ਦਾ ਫਲ ਖਾਏ, ਸੰਤਰੇ ਨੂੰ ਛਿੱਲੇ ਤੇ ਉਹਦੇ ਜਿਹੜੀਆਂ ਫਾੜੀਆਂ ਨੇ ਉਹਨੂੰ ਕਹਿੰਦੇ ਨੇ ਫੰਕ, ਪੀਸ, ਟੁਕੜੇ। ਇਹ ਪੰਜਾਬੀ ਦਾ ਸ਼ਬਦ ਹੈ ਫਾੜੀ, ਸਾਨੂੰ ਪੰਜਾਬੀ ਦੇ ਸ਼ਬਦ ਆਉਣੇ ਚਾਹੀਦੇ ਨੇ। ਹੁਣ ਕੀ ਹੋਏਗਾ, ਤਾਂ ਉਹਨੂੰ ਫਲ ਦਾ ਫੰਕ, ਭਾਵ ਜਰਾ ਕੁਝ ਨਹੀਂ, ਫਾੜੀ ਚਲਕਾਰਾ, ਥੋੜਾ ਜਿਹਾ ਚਲਕਾਰਾ ਉਹਨੂੰ ਮਿਲ ਜਾਏਗਾ। ਤਾਂ ਫਲ ਫੰਕ ਲਖਿਆ ਜੋ ਕੋਈ, ਜੇ ਥੋੜਾ ਜਿਹਾ ਚਲਕਾਰਾ ਵੀ ਮਾਰ ਲਵੇ, ਥੋੜੀ ਜਿਹੀ ਰਤਾ ਕੋਈ ਫਾੜੀ ਵੀ ਉਸ ਆਨੰਦ ਨੂੰ ਮਾਣ ਲਵੇ, ਭਾਵ ਰੱਬ ਸਾਰਿਆਂ ਵਿੱਚ ਵਸਦਾ ਹੈ, ਬਸ ਇਹ ਮਾਣ ਲਵੇ ਕਿ ਰੱਬ ਸਾਰਿਆਂ ਵਿੱਚ ਵਸਦਾ ਹੈ, ਜਰਾ ਕੁਝ ਨਾ ਦੇਖ ਲਵੇ, ਕਿਸੇ ਵਿੱਚੋਂ ਪਛਾਣ ਲਵੇ, ਪਲ ਕੁਝ ਨਹੀਂ। ਜਦੋਂ ਮਨੁੱਖ ਇੱਕ ਪਲ ਦੇ ਲਈ, ਕੁਝ ਸਮੇਂ ਦੇ ਲਈ ਦੂਜੇ 'ਚ ਰੱਬ ਦੇਖਣਾ ਸ਼ੁਰੂ ਕਰ ਦਿੰਦਾ ਹੈ ਕਿ ਦੂਜੇ ਵਿੱਚ ਰੱਬ ਹੈ,
मनुख का विहार बदलना शुरू हो जाता है। ये मनुखी आदत ही ने जिहड़ियां बदलियां जा सकदियां ने, असीं चाहिए तो बदल सकते हैं। असीं कहिंदे जी साडी जिंदगी विचों झूठ नहीं खत्म हुंदा, साडी जिंदगी विचों क्रोध नहीं खत्म हुंदा, साडी जिंदगी दे विचों निंदिया चुगली नहीं खत्म हुंदी। जे मैं ये पूछा भी जिंदगी विचों झूठ नहीं खत्म हुंदा, सच बोलन की किन्नी कु प्रैक्टिस कीती, तो लोग आखदे ने ते कीती नहीं असीं। हुण जे सच बोलन की प्रैक्टिस ही नहीं कीती ते झूठ किहदे में जाएगा, उधर ही थोड़ी बहुत प्रैक्टिस तो करनी पेगी ना। जिम्मे जिम्मे कोई थोड़ी बहुत प्रैक्टिस करनी शुरू कर दिता है, फिर वह अपना एक तजर्बा बन जाता है, एक अनुभव हो जाता है, फिर उन्होंने समझ पैंदी है कि सचमुच मैं अपनी जिंदगी बदल सकता हाँ, मेरा जीवन बदलिया जा सकता है। क्यों नहीं हो सकता, कोई रत्ता कुछ नहीं फाड़ी फंक थोड़ा छलकारा तो लैके देखे, जरा कुछ ना छलकारा जरा है मनुख की जिंदगी बदल दिता है, कोई करके देखे ता फल फंक लिखा जो कोई कोई अपनी जिंदगी सच बोलना शुरू कर दे। जो सच बोलना शुरू कर देगा उदो हौली हौली उसकी जिंदगी सच आ जाएगा, उन्हें सच का टेस्ट पता लगेगा। जो तो सच का टेस्ट पता लगेगा वो तो सच बोलना शुरू कर देगा, शुरुआत तो करे। इनू कहते हैं फंग, जरा कुछ ना चलकारा, जरा कुछ ना फाड़ी कुछ ना, जरा कुछ ना चलकारा ला के देखना कि शायद जिंदगी तब्दील हो जाए, पर थोड़ा जहा चलकारा जड़ा है ये पूरी जिंदगी बदल दिता है। कोई इस फंक करके देखे, मनुख सोचता कि मैं कर नहीं पावगा, मेरे को समर्था नहीं है, मैं किमें करांगा, मेरी उम्र नहीं है, मेरे को ज्ञान तो है पर मैं उस ज्ञान अप्लाई किमें करांगा। एक किताब है द सीक्रेट जिड़ी पंजाबी विच भी शायद आई हुई है, हिंदी च रहस्य, उहदे विच लॉ ऑफ अट्रैक्शन की गल की गई। हुण लॉ ऑफ अट्रैक्शन से उहदा मतलब यह है कि जिहो जिहे असीं बणदे आ ना, ਉਹ ਜਿਹੀ ਚੀਜ਼ਾਂ ਨੂੰ ਅਸੀਂ ਆਪਣੇ ਵੱਲ ਅਟਰੈਕਟ ਕਰਦੇ ਹਾਂ ਜਾਂ ਉਹ ਸਾਡੇ ਵੱਲ ਅਟਰੈਕਟ ਹੁੰਦੀਆਂ ਨੇ ਜਾਂ ਅਸੀਂ ਉਹਦੇ ਵੱਲ ਅਟਰੈਕਟ ਹੁੰਦੇ ਹਾਂ। ਜਿਹਨੂੰ ਗੁਰਬਾਣੀ ਨੇ ਕਿਹਾ ਤੁਰਦੇ ਕੋ ਤੁਰਦਾ ਮਿਲੇ ਉੜਦੇ ਕੋ ਉੜਤਾ, ਕਿ ਜਿਹੋ ਜਿਹਾ ਮਨੁੱਖ ਦਾ ਸੁਭਾਅ ਨੇਚਰ ਹੁੰਦੀ ਉਹੋ ਜਿਹੇ ਲੋਕ ਉਹਨੂੰ ਮਿਲ ਜਾਂਦੇ ਨੇ। ਸ਼ਰਾਬੀ ਕਿਸੇ ਦੂਸਰੇ ਦੇਸ਼ ਚਲਾ ਜਾਏ ਉਹਨੂੰ ਸ਼ਰਾਬ ਮਿਲ ਜਾਂਦੀ ਹੈ, ਅਫੀਮ ਚੀਜ਼ ਦੂਜੇ ਦੇਸ਼ ਚਲਾ ਜਾਏ ਉਹਨੂੰ ਨਸ਼ਾ ਉੱਥੇ ਲੱਭ ਜਾਂਦਾ ਹੈ। ਇੱਦਾਂ ਹੀ ਸੱਚਾ ਮਨੁੱਖ ਕਿਸੇ ਦੂਜੇ ਦੇਸ਼ ਚਲਾ ਜਾਏ ਉਹਨੂੰ ਸੱਚੇ ਲੋਕ ਲੱਭ ਜਾਂਦੇ ਨੇ। ਬਾਣੀ ਪੜ੍ਹਨ ਵਾਲਾ ਕਿਸੇ ਦੂਜੇ ਦੇਸ਼ ਚਲਾ ਜਾਏ ਉਹਨੂੰ ਬਾਣੀ ਪੜ੍ਹਨ ਵਾਲੇ ਮਿਲ ਜਾਂਦੇ ਨੇ। ਇਹਨੂੰ ਕਹਿੰਦੇ ਨੇ ਲਾਅ ਆਫ ਅਟਰੈਕਸ਼ਨ। ਪਰ ਲਾਅ ਆਫ ਅਟਰੈਕਸ਼ਨ ਉਦੋਂ ਫਲਿਤ ਹੋਏਗਾ ਜਦੋਂ ਲਾਅ ਆਫ ਐਕਸ਼ਨ ਹੋਏਗਾ, ਜਦੋਂ ਮਨੁੱਖ ਆਪ ਉਹਦੇ ਪ੍ਰਤੀ ਐਕਸ਼ਨ ਕਰੇਗਾ, ਪ੍ਰੈਕਟੀਕਲ ਕਰੇਗਾ। ਜਦੋਂ ਉਹ ਆਪਣੇ ਪ੍ਰੈਕਟੀਕਲ ਜ਼ਿੰਦਗੀ 'ਚ ਲੈ ਕੇ ਆਏਗਾ ਉਦੋਂ ਹੀ ਲਾਅ ਆਫ ਅਟਰੈਕਸ਼ਨ ਜਿਹੜਾ ਉਹ ਕੰਮ ਕਰੇਗਾ ਲਾਅ ਆਫ ਐਕਸ਼ਨ ਦੇ ਨਾਲ। ਹੁਣ ਗੁਰਬਾਣੀ ਪੜ੍ਹਨਾ ਜਿਹੜਾ ਹੈ, ਗੁਰਬਾਣੀ ਪੜ੍ਹਨਾ, ਗੁਰਬਾਣੀ ਵਿਚਾਰਨੀ, ਇਹ ਲਾਅ ਆਫ ਅਟਰੈਕਸ਼ਨ 'ਤੇ ਹੈ। ਸਾਡੇ ਅੰਦਰ ਇੱਛਾ ਹੈ ਮੈਂ ਬਾਣੀ ਪੜ੍ਹਾਂ, ਮੈਂ ਬਾਣੀ ਨੂੰ ਵਿਚਾਰਾਂ, ਸਾਨੂੰ ਕਲਾਸ ਮਿਲ ਗਈ, ਅਸੀਂ ਬਾਣੀ ਪੜ੍ਹ ਰਹੇ ਹਾਂ, ਵਿਚਾਰ ਰਹੇ ਹਾਂ। ਪਰ ਹੁਣ ਜਿਹੜਾ ਗੁਰਸਿੱਖ ਬਣਨਾ ਚਾਹੁੰਦਾ ਹੈ ਉਹਨੂੰ ਲਾਅ ਆਫ ਐਕਸ਼ਨ ਦੀ ਵੀ ਲੋੜ ਹੈ। ਜੋ ਉਹਨੇ ਬਾਣੀ 'ਚ ਪੜ੍ਹਿਆ ਹੈ ਉਹਨੂੰ ਪ੍ਰੈਕਟੀਕਲ ਵੀ ਕਰਨਾ ਪਏਗਾ, ਔਰ ਪ੍ਰੈਕਟੀਕਲ ਕਰੇਗਾ ਉਹਦੀ ਜ਼ਿੰਦਗੀ 'ਚ ਤਬਦੀਲੀ ਆਉਣੀ ਸ਼ੁਰੂ ਹੋ ਜਾਏਗੀ। ਕੋਈ ਵੀ ਆਦਤ ਜਿਹੜੀ ਹੈ 20 ਦਿਨਾਂ ਵਿੱਚ ਬਦਲੀ ਜਾ ਸਕਦੀ ਹੈ। ਇੱਕ ਕੰਮ ਤੁਸੀਂ ਰੋਜ਼ ਕਰੋ, ਰੋਜ਼ ਕਰੋ, ਰੋਜ਼ ਕਰੋ, 20 ਦਿਨਾਂ ਦੇ ਵਿੱਚ ਉਹ ਕੰਮ ਤੁਹਾਡੀ ਆਦਤ ਬਣ ਜਾਏਗਾ, ਫਿਰ ਛੱਡੀ ਨਹੀਂ ਜਾ ਸਕਦੀ, ਫਿਰ ਸੌਖਾ ਲੱਗੇਗਾ। ਕੋਈ ਕਿਤਾਬ ਪੜ੍ਹਨੀ ਹੈ, ਰੋਜ਼ ਤੁਸੀਂ ਇੱਕ ਪੰਨਾ ਪੜ੍ਹੋ। ਨਹੀਂ ਪੜ੍ਹ ਸਕਦੇ, ਪਹਿਲੇ ਦਿਨ ਕਿਤਾਬ ਦੇਖ ਕੇ ਰੱਖ ਦਿਓ, ਦੂਜੇ ਦਿਨ ਕਿਤਾਬ ਖੋਲ੍ਹ ਕੇ ਇੱਕ ਪੈਰਾ ਪੜ੍ਹ ਕੇ ਰੱਖ ਦਿਓ, ਤੀਜੇ ਦਿਨ ਕਿਤਾਬ ਖੋਲ੍ਹ ਕੇ ਇੱਕ ਪੰਨਾ ਪੜ੍ਹ ਕੇ ਜਾਂ ਦੋ ਪੈਰੇ ਪੜ੍ਹ ਕੇ ਰੱਖ ਦਿਓ, ਤੀਜੇ ਦਿਨ 4 ਪੜ੍ਹ ਲਓ, ਚੌਥੇ ਦਿਨ 5, 5ਵੇਂ ਦਿਨ 6, ਉਸ ਤੋਂ ਬਾਅਦ ਇੱਕ ਪੰਨਾ ਰੋਜ਼ ਪੜ੍ਹੋ ਜਾਂ ਦੋ ਪੰਨੇ ਰੋਜ਼ ਪੜ੍ਹੋ, 20 ਦਿਨ ਇਸ ਤਰ੍ਹਾਂ ਕਰੋ। ਇਹ ਲਾਅ ਆਫ ਐਕਸ਼ਨ, ਜਦੋਂ 20 ਦਿਨ ਇਸ ਤਰ੍ਹਾਂ ਕਰਾਂਗੇ ਹੌਲੀ ਹੌਲੀ ਆਦਤ ਪੈ ਜਾਏਗੀ 20 ਦਿਨ ਬਾਅਦ, ਫਿਰ ਉਸ ਕਿਤਾਬ ਤੋਂ ਬਿਨਾਂ ਮਨ ਲੱਗੇਗਾ ਨਹੀਂ। ਅਸੀਂ ਕੀ ਕਰਦੇ ਹਾਂ, ਅਸੀਂ ਆਦਤ ਬਦਲਣੀ ਹੁੰਦੀ ਹੈ, ਪਹਿਲਾਂ ਤਾਂ ਅਸੀਂ ਖੂਬ ਇੱਕੋ ਦਿਨ ਹੀ ਸਾਰਾ ਕੁਝ ਕਰ ਦਿੰਦੇ ਹਾਂ, ਅੱਜ ਕਿਤਾਬ ਪੜ੍ਹੀ 50 ਪੰਨੇ 100 ਪੰਨੇ ਪੜ੍ਹ ਕੇ ਛੱਡੇ, ਦੂਜੇ ਦਿਨ ਫਿਰ ਮਨ ਨਹੀਂ ਕਰਦਾ ਪੜ੍ਹਨ ਦਾ। ਇਸ ਤਰ੍ਹਾਂ ਨਹੀਂ, ਥੋੜ੍ਹਾ ਥੋੜ੍ਹਾ ਜਿੰਨਾ ਕੁ ਮਨ ਕਰੇ ਉਹਦੇ ਲਈ ਰੂਟੀਨ ਬਣਨੀ ਚਾਹੀਦੀ, ਰੂਟੀਨ ਨਾ ਖਤਮ ਹੋਵੇ। 20 ਦਿਨ ਦੀ ਰੂਟੀਨ ਜਿਹੜੀ ਹੈ ਆਦਤ ਬਣ ਜਾਂਦੀ ਹੈ। ਰੂਟੀਨ ਦੇ ਲਈ ਜ਼ਰੂਰੀ ਨਹੀਂ ਤੁਸੀਂ ਰੋਜ਼ 50 ਪੰਨੇ ਪੜ੍ਹਨੇ ਨੇ, ਪਹਿਲੇ ਦਿਨ ਸਿਰਫ ਇੱਕ ਪੈਰਾ ਪੜ੍ਹ ਕੇ ਰੱਖ ਦਿਓ, ਦੂਜੇ ਦਿਨ ਇੱਕ ਪੈਰਾ ਪੜ੍ਹ ਕੇ ਰੱਖ ਦਿਓ, ਤੀਜੇ ਦਿਨ ਇੱਕ ਪੈਰਾ ਪੜ੍ਹ ਕੇ ਰੱਖ ਦਿਓ, ਇੱਦਾਂ 20 ਦਿਨ ਕਰੋ। 20 ਦਿਨ ਬਾਅਦ ਜਦੋਂ ਤੁਹਾਡਾ ਉਹ ਟਾਈਮ ਟੇਬਲ ਬਣ ਜਾਏਗਾ, ਆਦਤ ਬਣ ਜਾਏਗੀ, ਫਿਰ ਤੁਸੀਂ ਆਪਣੇ ਆਪ ਹੀ ਕਿਤਾਬ ਚੁੱਕ ਕੇ ਪੜ੍ਹਨੀ ਸ਼ੁਰੂ ਕਰ ਦਿਓਗੇ। ਸੱਚ ਬੋਲਣਾ ਸ਼ੁਰੂ ਕਰ ਦਿਓ, ਉਹ ਵੀ ਅੱਜ 1 ਘੰਟਾ ਬੋਲਣਾ, ਕੱਲ੍ਹ ਵੀ 1 ਘੰਟਾ ਬੋਲਣਾ, ਪਰਸੋਂ ਵੀ 1 ਘੰਟਾ ਬੋਲਣਾ। ਹੁਣ ਰੋਜ਼ 24 ਘੰਟਿਆਂ 'ਚ
एक घंटा सच बोलना कुछ नहीं होना, पर हाँ मन में एक चैलेंज मिल जाएगा भी मैं एक घंटा सच बोल के दिखावांगा। मन जो तो चैलेंज नो एक्सेप्ट करेगा, चैलेंज पूरा करेगा हर रोज, फिर एक घंटे से 2 घंटे भी हो जाएंगे, 3 भी हो जाएंगे, एक टाइम ऐसा आएगा मनुख 24 घंटे सच बोलेगा। कोई चलकारा ते लैके देखे सच दा, कोई मिठा बोल के देखे कि मिठा बोलने नाल मैनू किन्नी खुशी मिलती है ते दूजे नू किन्नी खुशी मिलती है। कोई शुरुआत कर लवे, लॉ ऑफ एक्शन दे विच आ जाए, अज निम्रता तारे, कोशिश करे। इहनू कहिंदे ने फंग, इहनू कहिंदे ने फाड़ी, चलकारा। जदों आ चलकारा जिहड़ा हैगा मनुख की जिंदगी च पैदा हुंदा है ता फल फंक लखै जो कोई, जे कोई जरा कुछ जिन्ना फंक फाड़ी लैके देख लवे, मान लो जिवें किसी फल नूं टेस्ट करना होवे ते लोक कहिंदे ने इक फाड़ी तां चख के देख, भाव थोड़ा जिहा चलकारा मार लवे कि रब दूजे विच है, देखा तो सही मैं तेरे नाल विहार रब वर्गा करके देखा, भावे 5 मिनट ही विहार करके देखा, उहदे नाल की होएगा। दून ना परई फंक बिचारे, दून दून कहिंदे ने दो पहाड़ां विचला मैदानी इलाका, जिवें देहरादून, भाव दो पहाड़ां दे विचकार बनिया होया देहरा, उस देहरे दा नां ही देहरादून पै गया। दून मैंने दो पहाड़ां विचली जगह, दून ना परई, फिर दून नहीं पैंदी, दून मैंने वो जिहड़ी दूरी है ना दो पहाड़ां विचकार जिहड़ी दूरी है, फिर वो दूरी नहीं रहिंदी, वो दूरी पैंदी नहीं है। फंक ना परे, फंक विचारे, फंक विचारे मैंने वो जो फंक है ना, ज्ञान का रत्ता जिन्ना चलकारा, ज्ञान की थोड़ी जी फाड़ी, थोड़ा जा ज्ञान जो तो जिंदगी च लैके आए कि दूजे च रब है, बस इन्ना कु ज्ञान थोड़ा जा वरत्या, वो जी दूरी सी प्रभु दे नाल साडी वो मिट गई। दून ना परे, हुण दूरी पैंदी नहीं है, जिवें दो पहाड़ां दे विचकार दूरी है ना, उहनूं कहिंदे ने दून, हुण उस प्रभु विच ते उस जीव दे विचकार दूरी नहीं रहिंदी। दून ना परई फंक विचारे, जरा कुछ ना ज्ञान नूं विचार लवे, फाड़ी कुछ ना ज्ञान नूं विचार लवे, भाव रत्ता को ज्ञान दा चलकारा जिंदगी च लै आवे कि मेरे गुरु ने कहा सी सब गोबिंद है, सब गोबिंद है, गोबिंद बिन नहीं कोई। मैं ये फाड़ी को ज्ञान वरत के ते देखा, मैं जरा कुछ ना ज्ञान दा चलकारा लैके ते देखा, सचमुच मेरे माँ प्यो च रब है, मेरे बच्चों च रब है, मैं गुआंढी नाल इदां वर्ता करा जिवें रब नाल कर रहा हूं, मैं अपने जीवन साथी नाल इदां विहार करा जिवें रब नाल विहार कर रहा हूं। कोई इस तरह करके देखे, जरा कुछ ना इस ज्ञान दे चलकारे नूं माण के देखे, नतीजा की होएगा, रब नजर आ जाएगा, रब दूर नहीं रहेगा। दून ना परई, फिर दूरी नहीं रहेगी प्रभु ते साडे विचकार दूरी नहीं बनती। फंक विचारे, जिस चलकारे नूं कोई विचार लवे, उस ज्ञान नूं थोड़ा जिन्ना विचार लवे, उहदी भटकणा मुक जाती है, उहदी दूरी समाप्त हो जाती है। ता फल फंक सबै तन फारै, जिहड़ा उह ज्ञान दी फाड़ी है ना, रत्ता को ज्ञान दा चलकारा जिहड़ा है, उह की करदा है, सबै तन फारै, उह ज्ञान दा जिहड़ा चलकारा है, ता फल फंक, भाव उस ज्ञान दे चलकारे दे सदका सबै तन फाड़े, उस सारे तन नूं फाड़ दिंदा है, शरीर नूं फाड़ दिंदा है। हुण तन नूं फाड़न दा मतलब इह नहीं शरीर दे टुकड़े हो जांदे ने, तन नूं फाड़न दा मतलब तन दा मोह फाड़ दिंदा है, देह अध्यास खत्म कर दिंदा है, शरीर दा माण खत्म कर दिंदा है, मोह मुका दिंदा है, विकार नूं फाड़ के खत्म कर दिंदा है, फिर मोह नहीं रहिंदा कि मैं वक्खरा वां ते दूजा वक्खरा है, फिर दे अध्यास नहीं रहिंदा कि मैं अपनी जिंदगी अपने लिए जिंदगी जीवां, मैं स्वार्थी होकर दुनिया से जींदा रहा, नहीं, इहदा स्वार्थ मुक जांदा है, सैल्फिशनैस खत्म हो जाती है, अपना माण मुक जाता है, फिर सारे चुराबी देखने लग जाते हैं। सिर्फ जरा कुछ जिन्हें ज्ञान नूं विचार के, फफा बिन फूले फल होई, भाव हंकार विच फुलण तो बिना ही जिंदगी दे मनोरथ दा फल मिलता है। ता फल फंक लखै जो कोई, उस ज्ञान दे फाड़ी, ज्ञान दा रत्ता कुछ जिन्हें चलकारा कोई मार के देख लवे कि सारे च रब वसदा है। दून ना परई फंक विचारे, गुरु दे ज्ञान दे चलकारे नूं विचार के देखे, उहदी प्रभु नाल दूरी मिट जाएगी, दूरी बनती नहीं है। ता फल फंक सबै तन फारे, वह गुरु दे ज्ञान दा जिहड़ा चलकारा है वह तन दे मोह नूं खत्म कर दिंदा है, दे अध्यास स्वार्थ नूं मुका दिंदा है, जिंदगी दे विचों मैं मेरी स्वार्थ मुक जांदे ने, सारे च रब दिसदा है। नतीजा फिर की हुंदा है,
ਬੱਬਾ ਬਿੰਦੈ ਬਿੰਦ ਮਿਲਾਵਾ। ਬੱਬੇ ਅੱਖਰ ਦੇ ਰਾਹੀਂ ਭਗਤ ਜੀ ਗਿਆਨ ਦਿੰਦੇ ਹਨ। ਮਾਨੋ ਜਿਵੇਂ ਪਾਣੀ ਦੀ ਬੂੰਦ ਸਾਗਰ ਚ ਸਮਾ ਜਾਂਦੀ ਹੈ ਤੇ ਸਾਗਰ ਹੋ ਜਾਂਦੀ ਹੈ। ਬਿੰਦੈ ਬਿੰਦੈ ਮੈਨੇ ਪਾਣੀ ਪਾਣੀ ਦੀ ਬੂੰਦ ਵਿੱਚ ਬਿੰਦ ਮਿਲਾਵਾ, ਪਾਣੀ ਦੀ ਬੂੰਦ ਮਿਲ ਗਈ। ਹੁਣ ਜਦੋਂ ਇੱਕ ਵਾਰੀ ਪਾਣੀ ਦੀ ਬੂੰਦ ਪਾਣੀ ਚ ਮਿਲ ਜਾਏ ਉਹ ਵਾਪਸ ਕੱਢੀ ਨਹੀਂ ਜਾ ਸਕਦੀ। ਬਿੰਦੈ ਬਿੰਦ ਨਾ ਵਿਛੜੁਨ ਪਾਵਾ। ਹੁਣ ਉਹ ਬਿੰਦੈ ਥੋੜੇ ਸਮੇਂ ਵਾਸਤੇ, ਇੱਥੇ ਬਿੰਦੇ ਦਾ ਅਰਥ ਥੋੜੇ ਜਿਹੇ ਸਮੇਂ ਦੇ ਲਈ, ਬਿੰਦ ਭਾਵ ਉਹਦੇ ਵਿੱਚ ਮਿਲ ਗਈ ਬੂੰਦ, ਸਾਂਝ ਪੈ ਗਈ, ਨਾ ਵਿਛੜਨ ਪਾਵਾ, ਹੁਣ ਵਿਛੜਦੀ ਨਹੀਂ। ਇੱਕ ਪਲ ਦੇ ਲਈ, ਮੰਨੋ ਤੁਹਾਡੇ ਗਲਾਸ ਦੇ ਵਿੱਚ ਪਾਣੀ ਹੈ, ਉਸ ਪਾਣੀ ਨੂੰ ਇੱਕ ਪਲ ਦੇ ਲਈ ਤੁਸੀਂ ਸਮੁੰਦਰ ਚ ਪਾ ਲਓ, ਇੱਕ ਸੈਕਿੰਡ ਦੇ ਲਈ, ਫਿਰ ਫਟਾਫਟ ਬਾਹਰ ਵਾਪਸ ਕੱਢ ਲਓ, ਕੱਢ ਲਓਗੇ, ਫਿਰ ਨਹੀਂ ਕੱਢਿਆ ਜਾ ਸਕਦਾ। ਜਿਹੜਾ ਗਲਾਸ ਦਾ ਪਾਣੀ ਇੱਕ ਵਾਰ ਸਾਗਰ ਚ ਮਿਲ ਗਿਆ ਨਾ, ਇੱਕ ਪਲ ਦੇ ਲਈ, ਉਹ ਮੁੜ ਕੇ ਕੱਢਿਆ ਨਹੀਂ ਜਾ ਸਕਦਾ, ਉਹ ਬਾਹਰ ਆ ਹੀ ਨਹੀਂ ਸਕਦਾ। ਫਿਰ ਉਹ ਤੇ ਉਹਦਾ ਰੂਪ ਹੋ ਗਿਆ। ਉਹੀ ਗਲਾਸ ਵਾਲਾ ਪਾਣੀ ਨਹੀਂ ਦੁਬਾਰਾ ਕੱਢਿਆ ਜਾ ਸਕਦਾ, ਹੋਰ ਭਾਵੇਂ ਪਾਣੀ ਤੁਸੀਂ ਬਾਹਰ ਕੱਢ ਲਓ, ਪਰ ਜਿਹੜਾ ਗਲਾਸ ਵਿੱਚ ਪਾਣੀ ਸਾਗਰ ਚ ਉੜੇਲ ਦਿੱਤਾ, ਉਹਦੇ ਵਿੱਚ ਪਾ ਦਿੱਤਾ, ਉਹ ਦੁਬਾਰਾ ਨਿਕਲੇਗਾ ਨਹੀਂ। ਇਹਨੂੰ ਕਹਿੰਦੇ ਨੇ ਝਲਕਾਰਾ, ਇਹਨੂੰ ਕਹਿੰਦੇ ਨੇ ਫੰਕ, ਇਹਨੂੰ ਕਹਿੰਦੇ ਨੇ ਫਾੜੀ। ਜਰਾ ਕੋ ਗਿਆਨ ਦਾ ਝਲਕਾਰਾ ਮਿਲ ਗਿਆ ਨਾ ਦੂਜੇ ਚ ਰੱਬ ਹੈ, ਫਿਰ ਇਹ ਝਲਕਾਰਾ ਕਦੀ ਖਤਮ ਨਹੀਂ ਹੁੰਦਾ। ਫਿਰ ਜਦੋਂ ਪਤਾ ਲੱਗ ਹੀ ਗਿਆ, ਸੋਚ ਵਿੱਚ ਗੱਲ ਸ਼ਾਮਿਲ ਹੋ ਗਈ ਦੂਜੇ ਚ ਰੱਬ ਹੈ, ਫਿਰ ਲੱਖ ਵਾਰ ਵੀ ਯਤਨ ਕਰੋ ਕਿ ਮੈਂ ਰੱਬ ਦੀ ਜੇਬ ਕੱਟਾਂ ਨਹੀਂ ਕੱਟ ਸਕਦੇ, ਮੈਂ ਰੱਬ ਦੀ ਨਿੰਦਾ ਕਰਾਂ ਨਹੀਂ ਕਰ ਸਕਦੇ, ਮੈਂ ਰੱਬ ਉੱਤੇ ਕ੍ਰੋਧ ਕਰਾਂ ਨਹੀਂ ਕਰ ਸਕਦੇ, ਮੈਂ ਰੱਬ ਨੂੰ ਮਾਰਾਂ ਨਹੀਂ ਮਾਰ ਸਕਦੇ, ਮੈਂ ਰੱਬ ਦੇ ਸਾਹਮਣੇ ਹੰਕਾਰ ਕਰਾਂ ਨਹੀਂ ਕਰ ਸਕਦੇ। ਇੱਕ ਵਾਰੀ ਸੋਚ ਵਿੱਚ ਜਦੋਂ ਇਹ ਗੱਲ ਵਸ ਗਈ, ਗੁਰੂ ਦਾ ਗਿਆਨ ਵਸ ਗਿਆ, ਗਿਆਨ ਦਾ ਝਲਕਾਰਾ ਮਿਲ ਗਿਆ, ਦੂਜੇ ਚ ਰੱਬ ਹੈ, ਜਿਵੇਂ ਪਾਣੀ ਚ ਪਾਣੀ ਮਿਲ ਜਾਂਦਾ ਹੈ, ਏਦਾਂ ਜੀਵ ਪ੍ਰਭੂ ਦਾ ਰੂਪ ਹੋ ਜਾਂਦਾ ਹੈ। ਬਿੰਦੈ ਬਿੰਦ ਨਾ ਵਿਛੜਨ ਪਾਵਾ, ਬਿੰਦ ਵਾਸਤੇ ਜਰਾ ਕੁਝ ਨੇ ਸਮੇਂ ਵਾਸਤੇ, ਥੋੜੇ ਨਿਮਖ ਮਾਤਰ ਸਮੇਂ ਦੇ ਲਈ ਵੀ, ਫਿਰ ਵਿਛੜ ਨਹੀਂ ਸਕਦਾ। ਜਿਵੇਂ ਪਾਣੀ ਦੀ ਬੂੰਦ ਸਾਗਰ ਚ ਗਈ, ਸਾਗਰ ਚ ਉਸ ਬੂੰਦ ਨੂੰ ਦੁਬਾਰਾ ਕੱਢਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਉਹ ਹੁਣ ਜੀਵ ਪ੍ਰਭੂ ਦਾ ਰੂਪ ਹੋ ਜਾਂਦਾ ਹੈ। ਬੰਦੋ ਹੋਏ ਬੰਦਗੀ ਗਹਿ, ਬੰਦੋ ਬੰਦੋ ਭਾਵ ਬੰਦਾ ਹੋ ਜਾਏ, ਗੁਲਾਮ ਹੋ ਜਾਏ, ਸੇਵਕ ਹੋ ਜਾਏ। ਇਹ ਜਿਹੜਾ ਮਨੁੱਖ ਹੈ ਇਹ ਅਜੇ ਆਦਮੀ ਹੀ ਬਣਿਆ ਹੋਇਆ ਹੈ, ਮਨੁੱਖ ਬਣਿਆ ਨਹੀਂ ਹੈ। ਮਨੁੱਖ ਬਣਨ ਵਾਸਤੇ ਇਹਨੂੰ ਬੰਦਾ ਬਣਨਾ ਪੈਣਾ ਹੈ। ਇਹਦਾ ਮਤਲਬ ਕੀ ਹੈ? ਮਨੁੱਖ ਆਦਮੀ ਹੈ, ਅਜੇ ਮਨੁੱਖ ਬਣਿਆ ਨਹੀਂ। ਮਨੁੱਖ ਬਣਨ ਵਾਸਤੇ ਇਹਨੂੰ ਆਦਮੀ ਤੋਂ ਬੰਦਾ ਹੋਣਾ ਪਏਗਾ, ਬੰਦੇ ਤੋਂ ਮਨੁੱਖ ਹੋ ਜਾਏਗਾ। ਆਦਮੀ ਹੁੰਦਾ ਮਿੱਟੀ ਦਾ ਬਣਿਆ ਹੋਇਆ। ਆਦਮ ਫਾਰਸੀ ਦਾ ਸ਼ਬਦ ਹੈ, ਆਦਮ ਦਾ ਅਰਥ ਹੈ ਖਾਕ, ਮਿੱਟੀ, ਤੇ ਮਿੱਟੀ ਤੋਂ ਬਣਿਆ ਹੋਇਆ ਆਦਮੀ, ਆਦਮ ਤੋਂ ਬਣਿਆ ਹੋਇਆ ਆਦਮੀ, ਖਾਕ ਤੋਂ ਬਣਿਆ ਹੋਇਆ ਖਾਕੀ। ਅਜੇ ਆਦਮੀ ਹੈ, ਮਨੁੱਖ ਬਣਿਆ ਨਹੀਂ। ਮਨੁੱਖ ਦਾ ਮਤਲਬ ਹੁੰਦਾ ਜਿਹਦੇ ਅੰਦਰ ਮਨ ਹੈ, ਮਨ ਤੋਂ ਬਣਿਆ ਮਨੁੱਖ। ਅਜੇ ਆਦਮੀ ਹੈ, ਮਿੱਟੀ ਦਾ ਪੁਤਲਾ ਹੈ। ਜਦੋਂ ਪ੍ਰਭੂ ਨੇ ਮਿੱਟੀ ਦੇ ਪੁਤਲੇ ਵਿੱਚ ਰੱਖ ਦਿੱਤਾ ਮਨ, ਇਹਦਾ ਨਾਂ ਪੈ ਗਿਆ ਮਨੁੱਖ। ਮਿੱਟੀ ਦੇ ਪੁਤਲੇ 'ਚ ਰੱਖ ਦਿੱਤਾ ਮਨ, ਇਹਦਾ ਨਾਂ ਪੈ ਗਿਆ ਮਾਨਸ। ਕਬੀਰ, ਮਾਟੀ ਕੇ ਹਮ ਪੁੱਤਰੇ, ਮਾਨਸ ਰੱਖਿਓ ਨਾਉ। ਹੁਣ ਮਿੱਟੀ ਦਾ ਪੁਤਲਾ ਹੈ, ਪਰ ਅਜੇ ਤੱਕ ਮਨ ਪ੍ਰਗਟ ਨਹੀਂ ਇਹਦਾ ਹੋਇਆ, ਅਜੇ ਤੱਕ ਪਸ਼ੂ ਹੀ ਇਹ ਕਰਤੂਤ ਪਸ਼ੂ ਕੀ ਮਾਨਸ ਜਾਤ। ਸਰੀਰ ਮਨੁੱਖਾਂ ਵਾਲਾ ਹੈ, ਕੰਮ ਮਨੁੱਖਾਂ ਵਾਲੇ ਨਹੀਂ ਹਨ। ਅਜੇ ਆਦਮੀ ਹੈ, ਮਨੁੱਖ ਬਣਿਆ ਨਹੀਂ, ਮਾਨਸ ਬਣਿਆ ਨਹੀਂ। ਮਾਨਸ ਦਾ ਮਤਲਬ ਜਿਹੜਾ ਮਨ ਨੂੰ ਵਰਤਦਾ ਹੈ ਸਹੀ ਤਰੀਕੇ ਦੇ ਨਾਲ, ਜੋ ਮਨਨ ਕਰਨ ਦੀ ਸਮਰੱਥਾ ਰੱਖਦਾ ਹੈ ਉਹ ਹੈ ਮਨੁੱਖ। ਮਨੁੱਖ ਜੋ ਮਨਨ ਕਰਨ ਦੀ ਸਮਰੱਥਾ ਰੱਖਦਾ ਹੈ ਉਹ ਹੈ ਮਾਨਸ। ਜੋ ਮਨਨ ਕਰਨ ਦੀ ਸਮਰੱਥਾ ਰੱਖਦਾ ਹੈ, ਮਨਨ ਕਰਨ ਦੀ ਸਮਰੱਥਾ ਦਾ ਭਾਵ ਜਿਹਦੇ ਕੋਲ ਸੋਚ ਵਿਚਾਰ ਦੀ ਸ਼ਕਤੀ ਹੈ, ਵਿਵੇਕ ਬੁੱਧ ਹੈ, ਜਿਹੜਾ ਸੱਚ ਝੂਠ ਦੀ ਪਰਖ ਕਰ ਸਕਦਾ ਹੈ ਤੇ ਸੱਚ ਨਾਲ ਸਾਂਝ ਪਾ ਲੈਂਦਾ ਹੈ, ਜਿਹੜਾ ਮਨਨ ਕਰਨ ਦੀ ਸਮਰੱਥਾ ਰੱਖਦਾ ਮਨੁੱਖ, ਅਜੇ ਮਨੁੱਖ ਬਣਿਆ ਨਹੀਂ, ਅਜੇ ਤੇ ਆਦਮੀ ਹੈ, ਉਹਦੇ ਲਈ ਕੀ ਕਰਨਾ ਪਏਗਾ? ਉਹਦੇ ਲਈ ਸਭ ਤੋਂ ਪਹਿਲਾਂ ਇਸ ਜੀਵ ਨੂੰ ਬੰਦਾ ਬਣਨਾ ਪੈਣਾ ਹੈ। ਇਹ ਕੜੀ ਹੈ, ਇਹ ਉਹ ਕੜੀ ਹੈ ਜਿਹੜੀ ਮਨੁੱਖ ਨੂੰ ਆਦਮੀ ਤੋਂ ਮਨੁੱਖ ਤੱਕ ਪਹੁੰਚਾਉਂਦੀ ਹੈ। ਤੇ ਬੰਦੇ ਦਾ ਮਤਲਬ ਕੀ ਹੁੰਦਾ? ਸਿੱਖ ਇਤਿਹਾਸ ਚੋਂ ਪੜ੍ਹ ਕੇ ਦੇਖੋ, ਜਦੋਂ ਮਾਧੋਦਾਸ ਵੈਰਾਗੀ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਟਹਿ ਪਿਆ ਨਾ, ਪ੍ਰਭਾਵਿਤ ਹੋ ਕੇ ਝੁੱਕ ਗਿਆ, ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ
ਇਹਨੂੰ ਸਵਾਲ ਕੀਤਾ ਸੀ ਤੇਰਾ ਨਾਂ ਕੀ ਹੈ। ਹੁਣ ਸਤਿਗੁਰੂ ਨੂੰ ਵੀ ਪਤਾ ਹੈ ਕਿ ਇਹਦਾ ਨਾਮ ਮਾਧੋਦਾਸ ਬੈਰਾਗੀ ਹੈ, ਤੇ ਮਾਧੋਦਾਸ ਬੈਰਾਗੀ ਨੂੰ ਵੀ ਪਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਮੇਰਾ ਨਾਂ ਪਤਾ ਹੈ ਮਾਧੋਦਾਸ। ਪਰ ਹੁਣ ਸਵਾਲ ਕਰਨ ਦੀ ਸਿਚੁਏਸ਼ਨ ਬਦਲ ਗਈ, ਹੁਣ ਉਸ ਐਂਗਲ ਤੋਂ ਨਹੀਂ ਪੁੱਛਿਆ ਵੀ ਤੇਰਾ ਨਾਂ ਕੀ ਹੈ, ਹੁਣ ਪੁੱਛਣ ਦਾ ਐਂਗਲ ਦੂਜਾ, ਤੂੰ ਕੌਣ ਹੈ। ਹੁਣ ਇੱਥੋਂ ਇਹ ਐਂਗਲ ਹੈ, ਤੂੰ ਕੌਣ ਹੈ, ਤੇਰਾ ਨਾਂ ਕੀ ਹੈ, ਤੂੰ ਕੌਣ ਹੈ। ਜਦੋਂ ਇਹ ਕਿਹਾ ਨਾ ਤੂੰ ਕੌਣ ਹੈ, ਹੁਣ ਸਤਿਗੁਰੂ ਨੂੰ ਵੀ ਪਤਾ ਹੈ ਮਾਧੋਦਾਸ ਹੈ, ਮਾਧੋਦਾਸ ਨੂੰ ਵੀ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਨੂੰ ਪਤਾ ਹੈ ਮੈਂ ਮਾਧੋਦਾਸ ਹਾਂ। ਪਰ ਜਦੋਂ ਪ੍ਰਭਾਵਿਤ ਹੋ ਗਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ, ਚਰਨਾਂ ਚ ਆ ਕੇ ਚੁੱਕ ਗਿਆ, ਉਦੋਂ ਸਤਿਗੁਰੂ ਨੇ ਹੁਣ ਦੁਬਾਰਾ ਸਵਾਲ ਕੀਤਾ ਤੂੰ ਕੌਣ ਹੈ। ਕਹਿਣ ਲੱਗਾ ਜੀ ਮੈਂ ਤੁਹਾਡਾ ਬੰਦਾ, ਮੈਂ ਬੰਦਾ ਵਾਂ। ਜਦੋਂ ਕਹਿੰਦਾ ਮੈਂ ਬੰਦਾ ਵਾਂ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿਹਦਾ ਬੰਦਾ। ਮਾਧੋਦਾਸ ਕਹਿਣ ਲੱਗਾ ਜੀ ਤੁਹਾਡਾ ਬੰਦਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹੱਸ ਪਏ, ਕਹਿਣ ਲੱਗੇ ਸਾਡਾ ਬੰਦਾ, ਕੰਮ ਤੇ ਸਾਡੇ ਬੰਦਿਆਂ ਵਾਲੇ ਨਹੀਂ ਹਨ, ਸਾਡੇ ਬੰਦਿਆਂ ਦੇ ਕੰਮ ਇਹ ਥੋੜੇ ਹੁੰਦੇ ਨੇ ਕਿ ਧਰਮੀਆਂ ਦੇ ਤਖਤੇ ਉਲਟਾਈ ਜਾਓ, ਸਾਡੇ ਬੰਦਿਆਂ ਦੇ ਕੰਮ ਨਹੀਂ ਹੁੰਦੇ ਕਿ ਧਾਰਮਿਕ ਲੋਕਾਂ ਨਾਲ ਈਰਖਾ ਨਫ਼ਰਤ ਕਰੀ ਜਾਓ, ਸਾਡੇ ਬੰਦਿਆਂ ਦੇ ਕੰਮ ਇਹ ਨਹੀਂ ਹੁੰਦੇ ਕਿ ਦੁਨੀਆਂ ਤੇ ਆ ਕੇ ਜ਼ੁਲਮ ਕਰੀ ਜਾਓ, ਹੰਕਾਰ ਵਿੱਚ ਜੀਵੀ ਜਾਓ। ਜੇ ਸਾਡਾ ਬੰਦਾ ਤੇ ਕੰਮ ਤੇ ਸਾਡੇ ਬੰਦਿਆਂ ਵਾਲੇ ਨਹੀਂ ਹਨ, ਤੇ ਉਦੋਂ ਆਖਦਾ ਫਿਰ ਆਪਣਾ ਬੰਦਾ ਬਣਾ ਲਓ, ਆਪਣੇ ਬੰਦਿਆਂ ਵਾਲੇ ਕੰਮ ਸਿਖਾ ਦਿਓ। ਉੱਥੇ ਬੰਦਾ ਦਾ ਮਤਲਬ ਸੀ ਗੁਲਾਮ, ਮੈਂ ਤੁਹਾਡਾ ਗੁਲਾਮ ਹਾਂ। ਬੰਦੇ ਦਾ ਮਤਲਬ ਗੁਲਾਮ। ਜੇ ਕਿਤੇ ਸਿੱਖ ਵੀ ਗੁਰੂ ਦਾ ਬੰਦਾ ਹੋ ਜਾਏ ਤੇ ਗੁਰੂ ਸਿੱਖ ਨੂੰ ਆਦਮੀ ਤੋਂ ਮਨੁੱਖ ਬਣਾ ਦੇਵੇ। ਜਿਸ ਦਿਨ ਸਿੱਖ ਵੀ ਬੰਦਾ ਹੋ ਜਾਏ ਮੈਨੇ ਗੁਲਾਮ ਹੋ ਜਾਏ। ਗੁਲਾਮ ਕੀ ਹੁੰਦਾ? ਗੁਲਾਮ ਉਹ ਹੁੰਦਾ ਜਿਹੜਾ ਆਪਣੇ ਮਾਲਕ ਦੇ ਅੱਗੇ ਸਮਰਪਿਤ ਹੋ ਗਿਆ, ਮਾਲਕ ਦੇ ਹੁਕਮਾਂ ਦੇ ਅਨੁਸਾਰ ਜਿਹੜਾ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ ਉਹ ਹੈ ਬੰਦਾ, ਜਿਹੜਾ ਮਾਲਕ ਦੇ ਹੁਕਮਾਂ ਅਨੁਸਾਰ ਜ਼ਿੰਦਗੀ ਬਤੀਤ ਕਰਦਾ ਹੈ। ਕਿਸੇ ਸੇਠ ਨੇ ਉਸ ਪੁਰਾਣੇ ਜ਼ਮਾਨੇ ਦੇ ਸਮੇਂ ਦੇ ਵਿੱਚ ਗੁਲਾਮਾਂ ਦੇ ਬਾਜ਼ਾਰ ਦੇ ਵਿੱਚੋਂ ਇੱਕ ਗੁਲਾਮ ਖਰੀਦਿਆ, ਨੌਜਵਾਨ ਤਕੜਾ ਹੱਟਾ ਕੱਟਾ ਨੌਜਵਾਨ ਗੁਲਾਮ ਖਰੀਦ ਲਿਆ। ਸੋਚਿਆ ਵੀ ਬੜਾ ਸਿਹਤਮੰਦ ਹੈ, ਭੱਜ ਦੌੜ ਕੇ ਮੇਰੇ ਸਾਰੇ ਕੰਮ ਕਰਿਆ ਕਰੇਗਾ। ਉਹਨੂੰ ਖਰੀਦ ਕੇ ਸੇਠ ਘਰ ਲੈ ਕੇ ਆਇਆ ਤੇ ਘਰ ਲਿਆ ਕੇ ਉਹਨੇ ਸਵਾਲ ਕੀਤਾ, ਇਹ ਨੌਜਵਾਨ ਤੇਰਾ ਨਾਮ ਕੀ ਹੈ? ਉਹ ਨੌਜਵਾਨ ਆਖਦਾ ਵੀ ਮਾਲਿਕ ਜਦੋਂ ਮੈਂ ਆਜ਼ਾਦ ਸਾਂ ਉਦੋਂ ਮੇਰਾ ਨਾਮ ਇੰਨਾ ਪਿਆਰਾ, ਆਪਣੇ ਨਾਂ ਨਾਲ ਬੜਾ ਮੋਹ ਸੀ ਮੈਨੂੰ, ਮੈਂ ਹਰ ਇੱਕ ਨੂੰ ਦੱਸਦਾ ਹੁੰਦਾ ਸੀ ਆਹ ਮੇਰਾ ਨਾਮ ਹੈ। ਹੁਣ ਮੈਂ ਵਿਕ ਗਿਆ ਵਾਂ, ਮੈਂ ਆਜ਼ਾਦ ਨਹੀਂ ਰਿਹਾ, ਮੈਂ ਵਿਕ ਗਿਆ। ਹੁਣ ਮੇਰੇ ਮਾਲਕ ਦੀ ਮਰਜ਼ੀ ਹੈ ਉਹਨੇ ਕਿਹੜੇ ਨਾਂ ਤੋਂ ਮੈਨੂੰ ਬੁਲਾਉਣਾ, ਜਿਸ ਨਾਂ ਤੋਂ ਬੁਲਾਓਗੇ ਮੈਂ ਉਸ ਨਾਮ ਤੋਂ ਦੌੜਿਆ ਚਲਿਆਵਾਂਗਾ। ਮੇਰੀ ਮਰਜ਼ੀ ਖਤਮ ਹੋ ਗਈ, ਜੋ ਹੁਣ ਤੁਸੀਂ ਨਾਂ ਦਿਓਗੇ ਮੇਰਾ ਨਾਮ ਉਹੀ ਹੋਏਗਾ। ਸੇਠ ਬੜਾ ਹੈਰਾਨ ਹੋਇਆ, ਕਹਿਣ ਲੱਗਾ ਚੱਲ ਇਹ ਦੱਸ ਤੂੰ ਭੋਜਨ ਕਿੱਦਾਂ ਦਾ ਪਸੰਦ ਕਰਦਾ, ਤੈਨੂੰ ਉਦਾਂ ਦਾ ਭੋਜਨ ਸਬਜ਼ੀ ਬਣਾ ਕੇ ਦੇ ਦਿਆ ਕਰਾਂਗੇ। ਉਹ ਨੌਜਵਾਨ ਕਹਿਣ ਲੱਗਾ ਮਾਲਿਕ ਜਦੋਂ ਮੈਂ ਆਜ਼ਾਦ ਸਾਂ ਖਾਣੇ ਪ੍ਰਤੀ ਵੀ ਮੇਰੀ ਪਸੰਦ ਨਾ ਪਸੰਦ ਹੁੰਦੀ ਸੀ, ਆਹ ਚੀਜ਼ ਖਾਣੀ ਮੈਂ ਆਹ ਚੀਜ਼ ਨਹੀਂ ਖਾਣੀ। ਹੁਣ ਵਿਕ ਗਿਆ, ਮੇਰੀ ਮਰਜ਼ੀ ਖਤਮ ਹੋ ਗਈ, ਇਹ ਮਾਲਿਕ ਜੋ ਤੁਸੀਂ ਖਾਣ ਨੂੰ ਦੇ ਦਿਓਗੇ ਮੈਂ ਉਹ ਖਾ ਲਵਾਂਗਾ, ਨਹੀਂ ਖਾਣ ਨੂੰ ਦਿਓਗੇ ਨਹੀਂ ਖਾਵਾਂਗਾ। ਉਹ ਸੇਠ ਬੜਾ ਹੈਰਾਨ ਹੋਇਆ, ਕਹਿਣ ਲੱਗਾ ਚੱਲ ਇਹ ਦੱਸ ਕੱਪੜੇ ਕਿੱਦਾਂ ਦੇ ਪਾਣੇ ਪਸੰਦ ਕਰਦਾ, ਤੈਨੂੰ ਉਦਾਂ ਦੇ ਕੱਪੜੇ ਲਿਆ ਦਿਆ ਕਰਾਂਗੇ। ਉਹ ਨੌਜਵਾਨ ਗੁਲਾਮ ਕਹਿਣ ਲੱਗਾ ਮਾਲਿਕ ਜਦੋਂ ਆਜ਼ਾਦ ਸਾਂ ਉਦੋਂ ਕੱਪੜਿਆਂ ਪ੍ਰਤੀ ਵੀ ਮੇਰੀ ਪਸੰਦ ਨਾ ਪਸੰਦ ਹੁੰਦੀ ਸੀ, ਮੈਂ ਆਹ ਰੰਗ ਪਾਉਣਾ ਹੈ ਆਹ ਨਹੀਂ ਪਾਉਣਾ, ਆਹ ਡਿਜ਼ਾਇਨ ਪਾਉਣਾ ਨਹੀਂ ਪਾਉਣਾ। ਹੁਣ ਮੈਂ ਵਿਕ ਗਿਆ, ਗੁਲਾਮ ਹਾਂ, ਹੁਣ ਮੇਰੇ ਮਾਲਕ ਦੀ ਮਰਜ਼ੀ ਹੈ, ਜਿਹੋ ਜਿਹੇ ਕੱਪੜੇ ਦਿਓਗੇ ਉਹੋ ਜਿਹੇ ਪਾ ਲਵਾਂਗਾ, ਜਿਹੋ ਜਿਹੇ ਨਹੀਂ ਕੱਪੜੇ ਦਿਓਗੇ ਨਹੀਂ ਪਾਵਾਂਗਾ। ਉਸ ਸੇਠ ਬੜਾ ਹੈਰਾਨ ਹੋਇਆ, ਉਹਨੇ ਚੁੱਕ ਕੇ ਉਸ ਨੌਜਵਾਨ ਗੁਲਾਮ ਦੇ ਪੈਰੀ ਹੱਥ ਲਾਇਆ, ਕਹਿਣ ਲੱਗਾ ਨੌਜਵਾਨ ਅੱਜ ਤੈਨੂੰ ਮਿਲ ਕੇ ਮੇਰੀ ਜ਼ਿੰਦਗੀ ਦੀ ਬੜੀ ਵੱਡੀ ਸਮੱਸਿਆ ਹੱਲ ਹੋ ਗਈ। ਇਸ ਤੋਂ ਪਹਿਲਾਂ ਮੈਂ ਬੜੇ ਸਾਧਾ ਸੰਤਾਂ ਕੋਲ ਗਿਆ, ਬੜਿਆਂ ਪੀਰਾਂ ਫਕੀਰਾਂ ਕੋਲ ਗਿਆ, ਕਿਸੇ ਨੇ ਮੇਰੀ ਸਮੱਸਿਆ ਦਾ ਹੱਲ ਨਹੀਂ ਕੀਤਾ, ਅੱਜ ਤੈਨੂੰ ਮਿਲ ਕੇ ਮੇਰੀ ਜ਼ਿੰਦਗੀ ਦੀ ਬੜੀ ਵੱਡੀ ਸਮੱਸਿਆ ਹੱਲ ਹੋ ਗਈ। ਨੌਜਵਾਨ ਕਹਿਣ ਲੱਗਾ ਮਾਲਿਕ ਉਹ ਕੀ? ਕਹਿਣ ਲੱਗਾ ਮੇਰੀ ਸਮੱਸਿਆ ਇਹ ਸੀ ਮੈਂ ਆਪਣੇ ਮਾਲਕ ਰੱਬ ਨੂੰ ਕਿਵੇਂ ਖੁਸ਼ ਕਰਾਂ, ਅੱਜ ਤੈਨੂੰ ਮਿਲ ਕੇ ਮੈਨੂੰ ਜਵਾਬ ਮਿਲ ਗਿਆ ਕਿ ਆਪਣੇ ਮਾਲਕ ਨੂੰ ਖੁਸ਼ ਕਰਨਾ ਹੋਵੇ ਮਾਲਕ ਦੀ ਮਰਜ਼ੀ ਵਿੱਚ ਆ ਜਾਣਾ ਚਾਹੀਦਾ, ਆਹੀ ਇੱਕ ਤਰੀਕਾ ਹੈ, ਮਾਲਕ ਦੇ ਹੁਕਮ ਵਿੱਚ ਆ ਜਾਣਾ ਚਾਹੀਦਾ ਹੈ, ਉਹਦਾ ਬੰਦਾ ਬਣ ਜਾਣਾ ਚਾਹੀਦਾ ਹੈ। ਆ ਹੈ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ, ਮੈਂ ਆਪਣੇ ਮਾਲਕ ਦਾ ਬੈ ਖਰੀਦ ਗੁਲਾਮ ਹਾਂ, ਮੇਰਾ ਸਾਹਿਬ ਜਿਹੜਾ ਸੱਚਾ ਹੈ, ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ,
की वेचा मैं अपना जीओ पिंड सब तिसदा सब कुछ है तेरा, मैं अपने जिंद अपने पिंडा अपना शरीर सारा कुछ गुरु ने बेच दिता है। यह है बंदो होए बंदगी गह, बंदा कौन है? बंदा वह जरा समर्पित हो गया, जरा गुलाम बन गया, तो बंदगी जिन्हें पकड़ लिया गह लिया, जरा गुलाम हो गया विक गया, बदले च जो प्रभु ने बंदगी रब ने गुण दिते उन्होंने गुणा जीवन च धारण कर लिया, रब की मर्जी च आ गया, वह है बंदा। अपना घर किसी घर दिया चाबियां किसी देनिया उन्हें, तो तीन तरीके ने अपनी घर दिया चाबियां किसी को देन दियां। पहला तरीका है घर किराए से दे देना, तो किराएदार को असी चाबियां फड़ा दें। हुण किराएदार को चाबियां तो मालिक मकान ने फड़ा दित्तियां, पर किराएदार मालिक नहीं है, वह किराएदार ही है। मालिक ने उन्ना चिर चाबियां दित्तियां ने किराएदार को जिन्ना चिर उन्हें किराया मिलता है, किराया मिलना बंद हो जाए मालिक चाबियां घर दियां खोल लैंदा वापस। उन्हें किराए नाल मतलब है, उन्होंने पता लगे ना भी दूजी थां तों किराया ज्यादा मिलता है, उन्होंने चाबियां दे दिंदा है। तो किराएदार किराएदार की कोई मर्जी नहीं होंगी, वो उच्ची शोर नहीं करता, वह घर को गंदा नहीं करता, साफ करके रखता है, कितने मालिक मकान मैं कढ़ ना दे, वो डर डर के रहा किराए के मकान के साफ सुथरा बना के रखता, शोर नहीं मचाता, अपनी मर्जी ना कोई दीवार तोड़ नहीं सकता, अपनी मर्जी ना कोई दीवार बना नहीं सकता, वह किराएदार है ना। मालिक मकान की मर्जी है, जिन्ना चिर उन्हें किराएदार रखना घर च रख दिता, जो मन किया बहार कढ़ दिता। दूजा तरीका है किसी घर दिन चाबियां देने का, घर गहने पाना, वह मजबूरी च पाया जाता है कि पैसे की लोड़ है, घर गहने पा दिता, तो गहने पाए हुए जिन्होंने मनुख ने गहने लिया कर उसकी भी मर्जी नहीं होंगी, अपनी मर्जी ना ना वो कोई कमरा बना सकता है ना ढा सकता है, तो जिन्हें गहने पाए वो मजबूरी है, वह वस चले, तो हमने सारे पैसे वापस करके अपना घर छुड़ा लवे, वो मजबूरी है, तो उन्हें गहने पाए। तीजा चाबियां देने का तरीका यह हुंदा वै कि घर किसी के नाम लिख देना, वेच देना, बै कर देना, भी अज तो बाद घर तेरे, हुण तेरी मर्जी, चाहे शोर मचा रौला पा, भावें शांति रख, भावें सफाई कर, भावें गंदगी पा, भावें घर के दुबारा बना, भावें घर सारा ढा दे, मेरी मर्जी खत्म हो गई, हुण घर तेरे नाम लिख दिता। इस तरह जिंदगी गुरु नूं देण दे भी तीन तरीके ने, एक तो जीवन गुरु नूं किराए ते देना, हे सतगुरु मेरे घर सुख शांति रखेगा तो तेन मथा टेकना जा करांगा, मेरे बच्चे ठीक रहेंगे मैं गोलक च पैसे पा जा करांगा, दुकानदारी चलती रहेगी, कदी कदी रुमाला भी चढ़ा जा करांगा, कदी कदी खंड पाठ भी करा लवांगा, किराए ते है मेरा, तो किराए नाल मतलब है, सुख दिंदा रहेगा तो तेन मथा टेकदा रहांगा। इहनू कहिंदे ने जीवन गुरु नूं किराए ते देना, कि मेरा अज वस चले, जे अज मैनूं पता लग जाए ना कि फलानी कबर ते दीवा जगाया में सुख मिल जांदा है, मैं उधर चला जावांगा। जे अज मैं पता चले कि पिपल नूं पानी दित्या फैक्ट्री चल पैंदी है, मैं पिपल नूं पानी देने चला जाना। अज पता लग जाए कि तुलसी नूं गाना बन्निया जां किसे बाबे नूं मत्था टेकिया घर च पुत्तर हो जांदा है, मैं उधर चले जाना। मेरा तो मतलब किराए नाल है, कोई किराया देगा तो मैं मत्था टेक दांगा। इहनूं कहिंदे ने जिंदगी किराए ते देणी। दूजा हुंदा है गुरु नूं जीवन गहने पाना, गहने मजबूरी च पाया जाता है, भाव अपनी चीज दे के बदले च पैसे लै लेने, जो तो पैसे उसे वापस कर देते फिर छुड़ा लेनी अपनी चीज, तब तक वो दूजा वरतदा है। गहने पाने का मतलब मजबूरी है, सिख बनना पैना है, क्यों? क्योंकि सिख बनिया आ नौकरी मिल जाती है, अमर छकिया इस संस्था के नौकरी मिल जाती है, जब सिख बनिया मैं गुरुद्वारे की प्रधानगी मिल जाएगी, मैं सैकटरी बन जावगा, मैं कैशियर की जॉब मिल जाएगी, मजबूरी है, नहीं तो अज बस चले अज खेड़ा छुड़ा लवान। और ये गल् सच ने, जिन्ना चिर प्रधान सैकटरी खजानची मैंबर होंगे ना कमेटी का, उन्ना चिर तो गुरुद्वारे आंदा है, पर जे अगली इलैक्शन हार जाए ना दूजी कमेटी आ जाए ये गुरुद्वारे आने ही छड़ दे। देख लियो किन्ने कु हो गए जोड़े इलैक्शन हारन तो बाद भी प्रधान सैकटरी खजानची जोड़े ने रेगूलर गुरुद्वारे उदा ही आते रहे, बहुत घट रेयर केस मिलते हैं, नहीं तो जो हार जाते हैं गुरुद्वारे वड़ना बंद कर देंगे, मजबूरी सी ना, क्योंकि प्रधान है इस करके आना पैना है, जो तो प्रधानगी खुस गई हूँ मजबूरी नहीं रही हूँ आना छड़ दिता। तीजा होंगे गुरु को जिंदगी ना लिख देनी, सतगुरु जीवन तेरा है, यह शरीर तेरा है, मन तेरा है, जीवन तेरा है, तेरे ना लिख दिता, मैं बंदा बै खरीद,
सच साहिब मेरा जियो पिंड सब दिसदा सब कुछ है तेरा ये जिंद ये पिंड ये शरीर सारा कुछ तेरा है तेनू सौंप दिता है क्या गुण तेरे सार संभाली मोहे निर्गुण के दाता रे बै खरीद क्या करे चतुराई ये जियो पिंड सब थारे मुल खरीदी लाला गोला मेरा नाम सुभागा गुर की बचनी हाट बिकाना जित लाया तित लागा गुरु दे बचना दे बदले च हट्टी ते वेख गया बंदा हो गया गुलाम हो गया बंदो होए जो तो गुलाम हो गया बंदगी गह इन्हें बंदगी नू धारण कर लिया भाव बंदगी दे बदले अपने आप नू वेच दिता गुर की बचनी हाट बिकाना हुण गुरु दे बचना दे बदले कि मैं बचन मैं पले बन लेने अपने जीवन तेरे अगे सौंप दिता मैं रब दे अपने आप को भेट कर दिता रब दे गुणा नाल सांझ पा लई अज तो बाद मैं सच बोलांगा अज तो बाद मैं निर्वैर रवांगा अज तो बाद मैं दयालु बन के रवांगा अज तो बाद मैं निम्रता च रवांगा अज तो बाद मैं प्रेम च रवांगा इहनूं कहिंदे ने बंदो होए बंदगी गहै जिहड़ा गुलाम बन गया मालक दा दिख गया मालक दे अगे उहने बदले च बंदगी लै लई बदले दे विच रब्बी प्रेम हासिल कर लिया बदले दे विच निम्रता लै लई निरपैता लै लई निर्माणता लै लई निष्कामता लै लई बदले दे विच निर्वैरता लै लई बदले च बिशकंदगी लै लई बदले विच दयालता लै लई बदले दे विच उहने रब्बी गुण लै लई अपना जीवन रब अगे समर्पित कर दिता ते बदले विच रब दे गुण लै लए विक गया मालक दे गुणा दे बदले बंदो होए बंदगी गहै बंदक होए बंद सुध लहै बंदक मैंने उस्तत करने वाला सिर्फ सलाह करने वाला ढाडी बंद सुध लहे बंद मैंने बंधन हूँ जे बंधन ने उन्हों की समझ इन आ गई सुध लहे मैंने समझ आ गई हूँ समझ पै गई भी आ विकारा के बंधन सन इन्हों विकारा के बंधना हूँ इन्हें अपने जीवन चो खत्म कर लिया बंदो होए बंदगी गहे बंधक होए बंद सुध लहे इस तो अगला जिहड़ा पदा है पब्बा भेदें भेद मिलावा पब्बा भेदें भेद मिलावा हुण पहले भेदे का अर्थ हैगा वै विथ दूजे भेद का मतलब है विन के हुण प्रभु नाल पई हुई विथ नू विन के मिलावा मैंने इन्हें अपने आप नू प्रभु नाल जोड़ लिया भेद खत्म कर दिता विथ खत्म कर लिया भेद ने ना साडे जीवन च प्रभु दे नालों विथ पई है विथ कीड़ी है साढ़े तो प्रभु के विचकार विथ होमें दी है असं अपने आप को वक्रा समझते बैठे हाँ रब को वक्रा समझी जाने मानो जिम्मे पानी की बूंद कवे मैं वक्री हाँ समुद्र वक्रा है लहर कवे मैं वक्री हाँ समुद्र कवे मैं वक् समुद्र वक्रा तो मैं वक्री हाँ हूँ कोई लहर समुद्र तो वक्री नहीं है सारिया लहर ही समुद्र का रूप ने सागर ही ने बल्कि इस तरह कह लो कि सागर ही ने जिड़े कहते हैं भी रब सागर है असी बूंद हाँ फिर भी रब तो वक्रे हाँ असी रब च मिल जावे रब का रूप हो जावे रब नहीं हो सकते नहीं मनुख कोई शक नहीं रब ही है ये सिर्फ पछाण नहीं पा रहे अपने आप को हर बूंद सागर है जे सारिया बूंदा सागर चो निकल जाए सागर कितने रहेगा फिर सागर तो रहेगा ही बूंदा के इकट्ठ का नाम ही सागर है बूंदा के कंबीनेशन का नाम ही सागर है बूंदा के संग्रह का नाम ही सागर है अकुल संसार के संग्रह का नाम यदा नाम प्रभु है इस करके वो एक ओंकार है एक भी एक कार मैंने सारे दे रूप च है उही प्रभु निर्गुण सरगुण भी वो आप ही है सरगुण निर्गुण निरंकार सुन समाधि आप अपन किया नानका आपे ही जाप निर्गुण आप सरगुण भी उही कला धार जिन सगली मोह सरगुण वो आप ही है पर हर बूंद का अपना काम है हर लहर का अपना काम है पर इन सारिया का इकट्ठ जड़ा है वो सागर है हर मनुख का अपना काम है सूरज का काम तपश देना है चंद्रमा चाननी दे रहा है धरती सानू भोजन फल पदार्थ दे रही है पानी जीवन दे रहा है हवा सानू साह दे रही है जिन्हें शरीर ने कुछ ना कुछ समाज लिए कर रहे ने हर एक का अपना रोल है पर सारे संग्रह रूप के राबी ते हन जिवें मैं कहां मैं अमृतपाल सिंह हाँ कोई कवे भी मैं अमृतपाल सिंह किवें हो सकता हूँ दंद कहने से वक्रे हैं जी साडा काम तो सिर्फ रोटी नू चबाना हैगा वै जीव कहेगी भी मेरा काम तो रोटी नू अंदर करना वै मैं तो वक्री हाँ दंदा तो हाथ कहना असी तो जी दंदा तो वक्रे हाँ जीव तो वक्रे हाँ असी तो रोटी तोड़ के सब्जी चडबो के दिने हाँ पैर कहना असी तो जी वक्रे है असी तो तुरद हाँ हूँ इन्हें सारे का कॉम्बीनेशन सारे का आपो अपना एक काम हैगा वै हर एक का आपो अपना एक फर्ज है हर अंग का अपना एक फर्ज है जिहड़े अपने पूरे कर रहे हैं
पर इन्हें पूरे अंगा के कंबीनेशन का नाम अमृतपाल सिंह है। इदा ही हर जीव का अपना अपना एक कारज है, पर हर जीव जिहड़ा है पूरे प्रभु नाल जुड़िया होया, कनैक्टेड है, अंग है प्रभु का। कहो कबीर, ये राम की अंश, ये प्रभु की अंश है। हर अंश का अपना एक फर्ज है, अपना एक कारज है, हर कोई अपना कार्य कर रहा है, वक्रा नहीं है। असं कनैक्टेड है सारी दुनिया के नाल, धरती नाल जुड़े हुए हैं। धरती ना होवे असी पैर कित्थे टिकावांगे, हवा नाल जुड़े हुए हैं, हवा रुक जाए असी मर जावांगे, पानी नाल जुड़े हुए हैं, समुद्र नाल जुड़े हुए हैं, समुद्र का पानी सानू भाव बन के बदलों के रूप पानी बन के ना मिले असी मर जावांगे, सूरज नाल जुड़े हुए हैं, 15 करोड़ मील दूर जिहड़ा समुद्र है, 15 करोड़ किलोमीटर दूर सूरज, वह ठंडा हो जाए असी भी ठंडे हो जावांगे, असी तो 15 करोड़ किलोमीटर दूर सूरज नाल भी जुड़े हुए हैं, कनैक्टेड हाँ। सिर्फ साढ़े अंदर सोच ही बन गई कि असी वक्रे हाँ, वह वक्रा वै है कनैक्टेड। पूरा सरगुण रूप प्रभु का रूप है, इस करके गुरु जी ने कह दिता जो दिस है सो तेरा रूप, जो दिस रहा तेरा ही रूप है, निर्गुण आप सरगुण भी उही, तू ही है, असी ते तेरे इस स्वरूप का एक अंश हाँ, एक हिस्सा हाँ, है तेरा ही रूप। हर बूंद अपने आप सागर है, हर बूंद H2O का फॉर्मूला है, पूरा समुद्र भी H2O का फॉर्मूला है, हाइड्रोजन ते ऑक्सीजन का फॉर्मूला है। पब्बा भेदै भेद मिलावा, हुण जिहड़ी विथ पई सी इहनूं विन के प्रभु नाल मिलाप हासिल कर लिया। अब भौ पान भरोसो आवा, हुण भौ नूं डर नूं भन के दूर करके भरोसा आ गया, जो रब्बी गुणा नूं वरत्या ते जो वरतन का जिहड़ा अनुभव मिलिया ते उन्हें भरोसा विश्वास पैदा कर दिता कि मैं सच बोल सकदा हाँ, मैं निम्रता नाल रह सकदा हाँ, मैं जिंदगी विच दया कर सकदा हाँ, मैं जिंदगी विच प्रेम कर सकदा हाँ, हुण भरोसा आ गया। अब पौ पान भरोसो आवा, हुण यकीन बन गया, जो बाहर सो भीतर जानिया, जो बाहर प्रभु फैलिया होया वो अंदर भी जान लिया कि उही ते अंदर है। भया भेद, हुण राज पता लग गया, भेद मैंने राज, रहस रहस की गल, राज की गल समझ आ गई कि जिहड़ा बाहर ते लभ लभ दा फिरदा सी, जो बाहर कितने जंगलों च कोई लभ रहा है, कोई पहाड़ा च लभ रहा है, कोई वर्त करके लभ रहा है, कोई जल धारे कर करके लभ रहा है, कोई अखा मीट के समाधियां ला के रब नूं लभ रहा है, कोई तीर्थां ते यात्रा करके रब नूं लभ रहा है, कोई किस तरीके नाल किस तरीके नाल जिहड़ा बाहर लभ्या जा रहा सी, सो भीतर आवा, सो भीतर जाणिया, अंदर ही जाण लिया, ते अंदर ही बैठा होया। भया भेद, राज लभ गया, राज दी समझ पै गई, सूझ आ गई, भेद मिल गया। की मिल गया भेद? वह जिहड़ा भीतर जाने है ना, उन्हें पछाण लिया, उत्ते लभ अंदर ही बैठा होगा, उत्ते अंदर बैठे की समझ आ गई, हों खत्म हो गई, उही रह गया, अंदर ही रह गया। कबीर, जाको खोज दे पायो सोई ठोर, सोई फिर कह तू भया, जाको कहता और जिन्हों होर कहता सी, उत्ते तू ही निकलिया, उत्ते है ही तू, दूसरा तो है ही नहीं है, उत्ते तू ही निकलिया है, भाव तू ही उस प्रभु का रूप हो गया। हंकार के दो रूप होंगे ने, हंकार का एक रूप होंगे वै जिन्हों असी कह लीए सिक्योरिटी कंपलैक्स, दूजा जिहड़ा हुंदा वै इनफीरियोरिटी कंपलैक्स, ये दोनों हंकार के रूप ने। सिक्योरिटी कंपलैक्स की हैगा वै कि मैं सब कुछ कर सकदा वा, मैं आ भी कर सकदा, आ भी कर सकदा वा, पर रब्बी हुक्म तो बाहर कुछ भी नहीं किया जा सकता। जिवें बंदा कहे मैं तो जो ऑक्सीजन तो बिना जिंदगी जीव सकदा वा, मैं तो मच्छी की तरह पानी च रह सकदा वा, मेरी दोनों किडनियां कढ लो मैं जिंदा रह सकदा वा, मेरा दिल भी कढ लो मैं जिंदा रह सकदा, नहीं रब्बी हुक्मां तों बाहर नहीं रह सकदा। यह सिक्योरिटी कंपलैक्स है। दूजा इनफीरियोरिटी कंपलैक्स है जी, मैं की कर सकदा, मैं तो सच नहीं बोल सकदा, मैं तो आ काम नहीं कर सकदा, मैं तो निम्रता नहीं दिखा सकदा, मैं तो सेवा नहीं कर सकदा, यह भी कहाउण दा रूप है। हुण जदों नानक हुक्म है जे बुझे, जदों कोई हुक्म नूं बुझ लैंदा है तां हों मैं कहे ना कोई हों नहीं रह जांदी, ना सिक्योरिटी कंपलैक्स रह जांदा है, ना इनफीरियोरिटी कंपलैक्स रह जांदा है। फिर उन्हें समझ पै जाती है कि रब्बी नियमों में सारा कुछ किया जा सकता है। जिहड़ा सिक्योरिटी कंपलैक्स वाला वै उन्हें पता लग जाता है कि रब्बी हुक्मां तो बाहर मैं कुछ नहीं कर सकता, मैनूं उहदे नियमां दे विच ही सब कुछ करना पेगा। तो जिहड़ा इनफीरियोरिटी कंपलैक्स वाला है उन्हें पता लग जाएगा कि मैं रब्बी नियमों दे विच सब कुछ कर सकता वा, की नहीं कर सकता, सिर्फ नियमों दे विच आ जावां। इहनूं कहिंदे ने भया भेद। हुण भेद राज दी समझ लग गई, भूपत पहचानिया, अंदर बैठे उस रब नूं पछाण लिया, उही है जो बाहर सो भीतर जाने, भया भेद,
ਭੂਪਤ ਪਹਿਚਾਨਿਆ, ਹੁਣ ਅੰਦਰ ਬੈਠੇ ਪ੍ਰਭੂ ਨੂੰ ਜਾਣ ਲਿਆ। ਉਹ ਤੇ ਅੰਦਰ ਹੀ ਹੈ ਮਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ, ਉਹ ਤੇ ਤੇਰੇ ਅੰਦਰ ਨਾਲ ਹੀ ਬੈਠਾ ਹੋਇਆ ਹੈ, ਬਸ ਉਹਦੀ ਪਛਾਣ ਕਰ ਲੈ। ਹਰ ਥਾਂ ਤੇ ਉਹ ਪ੍ਰਭੂ ਹੀ ਵਾਸ ਕਰ ਰਿਹਾ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਭੁੱਲਾਂ ਖਿਮਾ ਕਰਨੀਆਂ ਜੀ, ਮਿਲ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।